ਕੁਪਵਾੜਾ ਵਿਖੇ ਸ਼ਹੀਦ ਹੋਏ ਬਠਿੰਡਾ ਦੇ ਜਵਾਨ ਸੁਖਵਿੰਦਰ ਸਿੰਘ ਦਾ ਉਹਨਾਂ ਦੇ ਪਿੰਡ ਹਾਕਮ ਸਿੰਘ ਵਾਲਾ ਵਿਖੇ ਰਾਸ਼ਟਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਫੌਜ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਸੁਖਵਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ। ਤਿਰੰਗੇ ਵਿੱਚ ਲਪੇਟੀ ਸ਼ਹੀਦ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਜਦੋਂ ਪਿੰਡ ਵਿੱਚ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ। ਇੱਕ ਵਾਰੀ ਮੋਦੀ ਸਾਹਿਬ ਤੂੰ ਪਾਕਿਸਤਾਨ ਦੇ ਨਾਲ ਲੜਾਈ ਲਾ ਲਾ, ਫੇਰ ਨਹੀਂ ਇੰਨੇ ਜਵਾਨ ਮਰਨੇ ਜਿੰਨੇ ਤੂੰ ਹੁਣ ਮਰਾਏ ਆ। ਤੂੰ ਹਜੇ 19 ਦੀਆਂ ਇਲੈਕਸ਼ਨਾਂ ਨੂੰ ਤਿਆਰ ਆ ਬੈਠਾ ਅਤੇ ਲੋਕ ਤਾਂ ਇੱਥੋਂ ਅੱਕੇ ਪਏ ਆ, ਰੋਜ਼ ਡੈੱਡ ਬੋਡੀਆਂ ਆ ਰਹੀਆਂ, ਤੈਨੂੰ ਕੰਨ 'ਤੇ ਜੂ ਨਹੀਂ ਸਰਕਦੀ। ਮੋਦੀ ਸਾਹਿਬ ਬੇਨਤੀ ਕਰਦੇ ਹਾਂ ਅਤੇ ਤੂੰ ਪਾਕਿਸਤਾਨ ਨਾਲ ਜਾਰੀ ਛੱਡਦੇ ਜਾਰੀ, ਤੂੰ ਬਾਹਰਲੇ ਦੇਸ਼ਾਂ 'ਚ ਚੱਲ ਜਾਂਦਾ, ਤੈਨੂੰ ਦੇਸ਼ ਦਾ ਫਿਕਰ ਨਹੀਂ। ਮੋਦੀ ਸਾਹਿਬ ਮੈਂ ਬੇਨਤੀ ਕਰਦਾ, ਇੱਕ ਵਾਰੀ ਲੜਾਈ ਲਾ ਲਓ, ਸਿਆਸੀ ਸਟੰਟ ਛੱਡ ਦਿਓ। ਮੋਦੀ ਸਾਹਿਬ ਬੇਨਤੀ ਕਰਦਾ, ਰੋਜ਼ ਜਵਾਨ ਮਰਦੇ ਆ, ਤੁਹਾਡੇ ਕੰਨ 'ਤੇ ਜੂ ਨਹੀਂ ਸਰਕਦੀ, ਮੈਂ ਇਹੀ ਕਹਿੰਦਾ। ਤੁਸੀਂ 2003 'ਚ ਟਾਇਰ ਹੋਇਆ ਜੀ, ਦੋ ਮੇਰੇ ਬੱਚੇ ਆ ਉਹ ਵੀ ਆਰਮੀ 'ਚ ਆ, ਸਾਡਾ ਸਾਰਾ ਪਰਿਵਾਰ ਆਰਮੀ ਦੇ ਨਾਲ ਰਿਲੇਸ਼ਨ ਰੱਖਦਾ ਜੀ। ਸਾਨੂੰ ਦੇਸ਼ ਨਾਲ ਪਿਆਰ ਹੈ, ਦੇਸ਼ ਨੂੰ ਕੁਰਬਾਨੀਆਂ ਦੇਣ ਵਾਲੇ ਥੋੜ੍ਹੇ ਆ ਅਤੇ ਲੁੱਟਣ ਵਾਲੇ ਮੋਦੀ ਸਾਹਿਬ ਬਹੁਤ ਨੇ। ਜਵਾਨ ਨਾ ਮਰਾਓ, ਕੁਰਬਾਨੀਆਂ ਦੇਣ ਵਾਲੇ ਥੋੜ੍ਹੇ, ਦੇਸ਼ ਨੂੰ ਲੁੱਟਣ ਵਾਲੇ ਜ਼ਿਆਦੇ ਆ। ਮੋਦੀ ਸਾਹਿਬ ਸਿਆਣੇ ਹੋ ਜਾਓ ਬਸ। ਇਹ ਪਾਰਟੀਆਂ ਬ੍ਰਿਗੇਡ ਸੇ ਆਕੇ ਸਾਹਿਬ ਹਮਾਰੀ ਜਗ੍ਹਾ ਪਾਰਟੀ ਨੀਲ ਮੰਗੋਂ ਪੜਤਾ ਉਹਨਾਂ ਦਾ ਪਾਕਿਸਤਾਨ ਕਾ ਸਾਥ, ਐਲ ਓ ਸੀ ਵੀ। ਜੋ ਸ਼ਹੀਦ ਹੋਏ ਸੁਖਵਿੰਦਰ ਸਿੰਘ, ਇਨਕੋ ਕਹਾਂ ਪੇ ਲਗਾ ਵੋ ਫਾਇਰ ਜੋ ਲਗਾ? ਇਹ ਕੋਈ ਛਾਤੀ ਮੇਂ ਲੱਗੀ ਹੈ, ਕੋਈ ਸਾਈਡ ਮੇਂ ਲੱਗੀ ਹੈ। ਔਰ ਇਨਕੀ ਜੋ ਸ਼ਹਾਦਤ ਹੋਈ ਕਿਤਨੇ ਵਜੇ ਹੋਈ ਸਰ? ਇੱਕ ਦਸ ਵਜੇ, ਇੱਕ ਜੀ ਸੀ ਦਸ। ਇਸਸੇ ਪਹਿਲੇ ਇਨਕੋ ਹੋਸਪਿਟਲ ਮੇਂ ਭਰਤੀ ਕਰਾਇਆ ਗਿਆ? ਹਾਂਜੀ, ਸ਼੍ਰੀਨਗਰ ਲਿਆ ਗਿਆ, ਉਸੀ ਟਾਈਮ ਹੈਲੀ ਗਿਆ ਤਾਂ ਹੈਲੀ ਉਸ ਟਾਈਮ ਸ਼੍ਰੀਨਗਰ ਲੈ ਕੇ ਆ ਗਿਆ। ਤਬ ਤੱਕ ਠੀਕ ਥੇ ਜੀ? ਹਾਂ, ਉਸ ਟਾਈਮ ਠੀਕ ਥੇ, ਫਿਰ ਸ਼੍ਰੀਨਗਰ ਮੈਂ ਆ ਗਿਆ। ਹਾਏ, ਬਹੁਤ ਖੁਸ਼ ਹਾਂ ਜੀ, ਮੇਰੇ ਬੇਟੇ ਨੇ ਸ਼ਹੀਦੀ ਪਾ ਦਿੱਤੀ, ਮੈਂ ਬਹੁਤ ਖੁਸ਼ ਹਾਂ। ਮੈਂ ਇਹੋ ਜਿਹੇ ਬੱਚਿਆਂ 'ਤੇ ਬਹੁਤ ਖੁਸ਼ ਹਾਂ, ਬਹੁਤ ਮੇਰੇ ਬੱਚਿਆਂ ਵਰਗੇ ਸਾਰੇ ਬੱਚੇ ਹੋਣਗੇ। ਸਾਡੇ ਨੌਜਵਾਨ ਜਿਹੜੇ ਬਾਰਡਰਾਂ 'ਤੇ ਸਾਡੀ ਦੇਸ਼ ਦੀ ਰਾਖੀ ਕਰਦੇ ਨੇ, ਔਰ ਦੁੱਖ ਨਾਲ ਕਹਿੰਦਾ ਮਾਵਾਂ ਦੇ ਪੁੱਤ ਜੋ ਸ਼ਹੀਦ ਹੋ ਰਹੇ ਨੇ, ਪਹਿਲਾਂ ਤਾਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਅੱਜ ਸਾਡੇ ਇਲਾਕੇ ਦੇ ਹਾਕਮ ਸਿੰਘ ਸੁਖਵਿੰਦਰ ਸਿੰਘ ਜੋ ਬਹੁਤ ਭਰਜਵਾਨੀ ਦੇ ਵਿੱਚ ਸਾਡੇ ਕੋਲੋਂ ਚਲਿਆ ਗਿਆ, ਦੁਸ਼ਮਣਾਂ ਨਾਲ ਲੁਹਾ ਲਾਕਾ ਹੁੰਦਾ ਹੋਇਆ ਸਾਡੇ ਦੇਸ਼ ਦੇ ਪਿੱਛੇ ਕੁਰਬਾਨ ਹੋਇਆ, ਮੈਂ ਪੰਜਾਬੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਔਰ ਦੁੱਖ ਨਾਲ ਕਹਿਣਾ ਪੈ ਜਾਂਦਾ ਵੀ ਬੜੇ ਸਾਡੀਆਂ ਰਾਜਨੀਤਿਕ ਪਾਰਟੀਆਂ ਜੋ ਸੈਂਟਰ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਲੈਕਸ਼ਨਾਂ ਤੋਂ ਪਹਿਲਾਂ 36 ਇੰਚ ਦੀ ਛਾਤੀ ਦੀ ਗੱਲ ਕਰਦੇ ਸੀ, ਅੱਜ ਮੈਨੂੰ ਲੱਗਦਾ ਉਹਦੀ ਸੁੰਗੜ ਕੇ ਮੈਨੂੰ ਲੱਗਦਾ 2-4% ਦੇ ਇੰਚ ਦੀ ਰਹਿ ਗਈ ਹੈ। ਇਹੋ ਜਿਹੀਆਂ ਨਾਅਰੇ ਦੇ ਕੇ ਸਾਡੇ ਪੰਜਾਬ ਨੂੰ ਔਰ ਸਾਡੇ ਇੰਡੀਆ ਨੂੰ ਗੁਬਰਾਹ ਕਰਕੇ ਇਹ ਵੋਟਾਂ ਲੈ ਕੇ ਆਪਦੀ ਕੁਰਸੀ ਉਹਨੇ ਹਾਸਲ ਕੀਤੀ ਹੈ, ਪਰ ਉਹਨੂੰ ਇਹ ਦਰਦ ਨਹੀਂ ਆਉਂਦਾ ਵੀ ਅਸੀਂ ਬਾਰਡਰ ਦਾ ਏਰੀਆ ਹੋਣ ਦੇ ਨਾਤੇ ਪੰਜਾਬ ਦੇ ਖਾਸ ਕਰਕੇ ਇੱਥੇ ਸਾਡੇ ਤਕਰੀਬਨ 2-4 ਦਿਨ ਸਾਡੇ ਨੌਜਵਾਨ ਬੱਚੇ ਮਾਵਾਂ ਦੇ ਪੁੱਤ ਉਹਨਾਂ ਦੁਸ਼ਮਣਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਔਰ ਕਦੇ ਵੀ ਮੇਰੇ ਖਿਆਲ 'ਚ ਸੈਂਟਰ ਗੌਰਮੈਂਟ ਨੇ ਕਦੇ ਵੀ ਸੰਜੀਦਾ ਢੰਗ ਨਾਲ ਨਾ ਤਾਂ ਕੋਈ ਉਸ ਪਾਕਿਸਤਾਨ ਨਾਲ ਕੋਈ ਬਹਿ ਕੇ ਸਮਝੌਤਾ ਕਰਨ ਦੀ ਗੱਲ ਕੀਤੀ ਹੈ। ਅੱਗੋਂ ਪਹਿਲਾਂ ਜੋ ਪਿਛਲੀਆਂ ਉਹਨਾਂ ਨੇ ਵੋਟਾਂ ਵੇਲੇ ਜੋ ਕੁਛ ਉਹਨਾਂ ਨੇ ਬੋਲਿਆ ਉਹਦੇ ਉੱਤੇ 0% ਵੀ ਉਹਦਾ ਅਸਰ ਨਹੀਂ ਨਜ਼ਰ ਆ ਰਿਹਾ। ਇਹ ਜੇ ਐਡੀਆਂ ਐਡੀਆਂ ਵਾਅਦੇ ਕਰਕੇ BJP ਅਕਾਲੀ ਦਲ ਸਰਕਾਰ ਨੇ ਸਰਕਾਰਾਂ ਆਪਦੀਆਂ ਗੱਦੀਆਂ ਹਾਸਲ ਕੀਤੀਆਂ, ਕੁਰਸੀਆਂ ਲਈਆਂ, ਅੱਜ ਉਹਨਾਂ ਨੂੰ ਸੋਚਣਾ ਚਾਹੀਦਾ ਜੇ ਕਿਤੇ ਉਹਨਾਂ ਦੇ ਪੁੱਤ ਉਹਨਾਂ ਦੇ ਭੈਣ ਭਰਾ ਐਂ ਸ਼ਹੀਦ ਹੋਣ ਤਾਂ ਉਹਨਾਂ ਦਾ ਅੱਜ ਕੀ ਹਾਲ ਹੋਊ। ਜਿਵੇਂ ਅੱਜ ਵੇਖ ਰਹੇ ਹਾਂ ਇੱਥੇ ਪੱਥਰ ਵੀ ਰੋ ਰਹੇ ਨੇ ਅਤੇ ਉਹ ਮਾਂ ਜਿਹਨੇ ਅੱਜ ਆਪਣਾ 22 ਸਾਲ ਦਾ ਪੁੱਤ ਆਪਦੇ ਹੱਥੀਂ ਤੋਰਿਆ, ਇਹ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਆਪਦੀ ਬਹੁਤ ਹੀ ਇੱਕ ਨੀਂਦ 'ਚ ਸੁੱਤੇ ਆ।
ਵਿਦੇਸ਼ਾਂ ਦੇ ਦੌਰਿਆਂ ਨੂੰ ਪਹਿਲ ਰੱਖਦਾ ਕਿਤੇ ਉੱਥੇ ਜਾ ਲਿਆ ਗਿਆ। ਮੇਰੇ ਖਿਆਲ ਦੇ ਵਿੱਚ ਉਹ ਆਪਣੀ ਜਿਹੜੀ ਕੁਰਸੀ ਹੈ ਜੋ ਪ੍ਰਾਈਮ ਮਿਨਿਸਟਰ ਵਾਲੀ ਕੁਰਸੀ ਉਹਨੂੰ ਪ੍ਰਾਈਮ ਮਿਨਿਸਟਰ ਵਾਲੀ ਕੁਰਸੀ ਦੇ ਵਾਸਤੇ ਉਹਦਾ ਕੋਈ ਸਟੇਟਸ ਨਹੀਂ, ਜਾ ਕੇ ਕੈਨੇਡਾ ਅਮਰੀਕਾ 'ਚ ਵੀ ਇੱਕ ਸਿਆਸੀ ਭਾਸ਼ਣ ਦੇਣ ਤੱਕ ਇੱਕ ਇੰਨਾ ਤੱਕ ਹੀ ਸੀਮਤ ਰਿਹਾ। ਉਹਦਾ ਮੈਂਟਲ ਲੈਵਲ ਬਹੁਤ ਡਾਊਨ ਹੈ, ਉਹ ਕੋਈ ਪ੍ਰਾਈਮ ਮਿਨਿਸਟਰ ਵਾਲਾ ਉਹਦਾ ਮੈਂਟਲ ਲੈਵਲ ਨਹੀਂ ਕੋਈ ਉੱਚੀ ਨਹੀਂ। ਸਰਦਾਰ ਮਨਮੋਹਨ ਸਿੰਘ ਵੀ ਰਹੇ ਨੇ, ਉਹਨਾਂ ਵੇਲਿਆਂ ਦੀ ਵੇਖ ਲਓ, ਸਾਡੇ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਸ਼ਾਂਤੀ ਮਾਹੌਲ ਬਣਾਈ ਰੱਖਿਆ ਹੈ। ਅਤੇ ਅੱਜ ਜਦੋਂ ਦੇ ਮੋਦੀ ਸਾਹਿਬ ਬੈਠੇ ਆ, ਹਜ਼ਾਰਾਂ ਸਾਡੇ ਬੱਚੇ ਚਲੇ ਗਏ ਆ, ਬਹੁਤ ਦੁੱਖ ਦੀ ਗੱਲ ਹੈ। ਅਤੇ ਇਹਨੂੰ ਮੈਂ ਹੁਣ ਵੀ ਕਹਿੰਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ ਸਾਰੇ ਨੌਜਵਾਨਾਂ ਦਾ, ਹੁਣ ਵੀ ਕੋਈ ਨਾ ਕੋਈ ਮੋਦੀ ਸਾਹਿਬ ਇਹਦੇ ਵੱਲ ਧਿਆਨ ਦੇਣ।